बिस्मिल्लाहिर्रहमानिर्रहीम जी, अस्सलाम वालेकुम नाज़रीन। मैं तुहाडा अपना मिस्टर जेदी, मैं तुहाडे वास्ते एक बड़ा ही खूबसूरत ते बहुत ही अच्छा प्रोग्राम लैके आ रहा, छुपे रुस्तम। छुपे रुस्तम मेरा मकसद कोई एडी वड्डी गल नहीं, सिर्फ ये ने कि जिन्हां लोगों नूं बहुत सारा शौक सी किसी फनकार बनन दा, कोई इस मुल्क दे विच राइटर बनन आया है, कोई बांसुरी बजाना है, कोई तपला नवाज है, कोई पहलवान है, कोई शायर है। साढ़े इस प्रोग्राम का मकसद है कि असी उन्हां छुपे रुस्तमां नूं पब्लिक के सामने लैके आना है कि अगर उन्होंने ये शौक सी तो वो नाकाम क्यों होए, उन्होंने केड़ी ऐसी मजबूरी पई कि वो अगे ना वध सके, आया कि उन्होंने को टैलेंट की कमी सी या उन्होंने धोखा होया है। सिर्फ ए मजबूरिया या जो भी कमियां पेशियां सी उन्होंने कोलों पुछण जाना है। तो हर इलाके च जाके मैं ये इंटरव्यू करांगा हर उस फनकार का, क्योंकि हर बंदा अपने अपने फन का फनकार है। तो इस प्रोग्राम का मकसद ये कि असी ये आवाज़ वो उस महकमे तक पहुँचानी है कि जिहड़े भी उन्हूं शोभे नाल शौक है, पहलवानी दा या जिहड़ा भी है, ठीक है। तो मैं उम्मीद करदा कि तुहानूं मेरा प्रोग्राम बड़ा अच्छा आएगा। तो मैं अज एक बड़े खूबसूरत इलाके दे विच आया मुल्तान का, बड़ा अच्छा फनकार, उन्हूं असीं पुछदे हां कि उहदे नाल की बीतियां, उहदे नाल की होया, उहनूं फनकारी का शौक कित्थों बणिया, तो नाकाम कित्थों आया, उन्हें अपनी स्ट्रगल का दौर कित्थे कित्थे जाके पूरा किया है, किन्नियां कि उन्हें भुखा कटियां ने, आखिरकार वह किंज हार मन चुकया है। तो आओ फिर असीं उहनूं मिलदे हां। अस्सलाम वालेकुम जी। वालेकुम अस्सलाम जी साहब। और जनाब की हाल है? ठीक ठाक हो? मैं ਤੁਹਾਡੇ ਵਾਸਤੇ ਵੇਖੋ ਕੈਮਰਾ ਵੀ ਨਾਲ ਹੀ ਚੁੱਕੀ ਲਿਆ ਹੈ। ਮੈਂ ਕਿਹਾ ਯਾਰ ਤੁਹਾਡਾ ਵੀ ਪਤਾ ਲੱਗੇ ਤੁਸੀਂ ਅੱਜ ਕੱਲ ਕੀ ਕਰ ਰਹੇ ਹੋ। ਬੈਠ ਜਾਵਾਂ? ਬੈਠ ਜਾਓ। ਜਦੋਂ ਕੋਈ ਮਹਿਮਾਨ ਆਵੇ ਤੈਨੂੰ ਬਹਿਣ ਦਾ ਵੀ ਕਹੀਦਾ ਹੁੰਦਾ, ਆਪ ਤੂੰ ਚੌਕੜੀ ਮਾਰ ਕੇ ਬੈਠਾ। ਹੋਰ ਜੀ ਕੀ ਹਾਲ ਹੈ? ਦੁਆਵਾਂ ਸਰ ਜੀ। ਕੈਸੀ ਗੁਜ਼ਰ ਰਹੀ ਹੈ? ਬਿਹਤਰੀਨ ਸਰ। ਮੈਂ ਨਾਜ਼ਰੀਨ ਨੂੰ ਸਭ ਤੋਂ ਪਹਿਲੇ ਪੁੱਛਾਂਗਾ, ਤਾਂ ਤੇਰੇ ਕੋਲੋਂ ਪੁੱਛਾਂਗਾ, ਨਾਜ਼ਰੀਨ ਨੂੰ ਦੱਸਣਾ ਹੈ ਕਿ ਆਪਣਾ ਨਾਮ ਕੀ ਹੈ? ਮੁਹੰਮਦ ਅਕਰਮ ਖਲਵਾਰ ਜੀ। ਮੁਹੰਮਦ ਅਕਰਮ ਖਲਵਾਰ। ਕੁਝ ਖਵਾਉਂਦੇ ਪਿਆਉਂਦੇ ਵੀ ਹੋ? ਜੀ ਜੀ, ਬੜਾ ਕੁਝ ਖਵਾਉਂਦੇ ਪਿਲਾਉਂਦੇ ਜੀ, ਮਹਿਮਾਨਾਂ ਦੀ ਖਿਦਮਤ ਕਰਦੇ। ਤੁਸੀਂ ਇਹ ਕਹਿ ਸਕਦੇ ਹੋ ਕਿ ਮੈਂ ਫੀਲਡ ਨੂੰ ਬਹੁਤ ਕੁਝ ਖਵਾ ਦਿੱਤਾ? ਫੀਲਡ ਤਾਂ ਮਾਸ਼ਾਅੱਲਾ ਫੀਲਡ ਹੀ ਹੈ ਨਾ ਜੀ। ਅੱਛਾ ਜੀ, ਮੈਂ ਤੁਹਾਡੇ ਕੋਲੋਂ ਇੰਟਰਵਿਊ ਲੈਣਾ ਕਿਉਂਕਿ ਅਸੀਂ ਪ੍ਰੋਗਰਾਮ ਸ਼ੁਰੂ ਕੀਤਾ ਹੈ ਜਿਹਦਾ ਨਾਂ ਰੱਖਿਆ ਛੁਪੇ ਰੁਸਤਮ, ਜਿਸ ਨਾਲ ਤੁਸੀਂ ਛੁਪੇ ਹੋ ਨਾ। ਮੈਂ ਮੁਲਤਾਨ ਪਤਾ ਨਹੀਂ ਕਿਹੜੀ ਦੂਰੋਂ ਆ ਕੇ ਕਿਤੇ ਹੈ। ਵੈਸੇ ਇਸ ਇਲਾਕੇ ਦਾ ਨਾਂ ਕੀ ਹੈ? ਇਹ ਜੀ ਬਸਤੀ ਨੂਰਪੁਰ ਹੈ, ਮੌਜ਼ਾ ਬਸਤੀ ਰੱਤਾ, ਡੀ ਐਚ ਏ ਮੁਲਤਾਨ। ਹਾਂਜੀ, ਇਹ ਨਾਜ਼ਰੀਨ ਤੁਸੀਂ ਯਾਦ ਰੱਖਣਾ ਕਿਉਂਕਿ ਮੈਨੂੰ ਭੁੱਲ ਜਾਣਾ। ਅਤੇ ਗੱਲ ਹੈਗੀ ਹੈ, ਮੈਂ ਐਡੀ ਦੂਰੋਂ ਤੁਹਾਡਾ ਇੰਟਰਵਿਊ ਲੈਣ ਆਇਆ, ਸਿਰਫ ਤੁਹਾਨੂੰ ਇਹ ਪੁੱਛਣ ਆਇਆ ਕਿ ਮੈਨੂੰ ਕਿਸੇ ਨੇ ਦੱਸਿਆ ਯਾਰ ਉੱਥੇ ਵੀ ਇੱਕ ਫਨਕਾਰ ਹੈ ਹੋਟਲ ਪਾ ਕੇ ਬੈਠਾ ਹੈ, ਪਹਿਲੇ ਉਹ ਲੋਕਾਂ ਨੂੰ ਪੱਲਿਓਂ ਖਵਾਉਂਦਾ ਸੀ, ਹੁਣ ਪਕਾ ਕੇ ਖਵਾਉਂਦੇ ਆ। ਮੈਂ ਕਿਹਾ ਯਾਰ ਉਹਨੂੰ ਪੁੱਛ ਕੇ ਦਈ ਉਹਦੇ ਨਾਲ ਬਣੀਆਂ ਕੀ, ਅਤੇ ਤੁਸੀਂ ਮੈਨੂੰ ਦੱਸੋਗੇ ਕਿ ਤੁਹਾਨੂੰ ਕੀ ਸ਼ੌਕ ਸੀ? ਸਰ ਮੈਨੂੰ ਫਿਲਮੀ ਦੁਨੀਆ ਦਾ ਬੜਾ ਸ਼ੌਕ ਹੈ ਜੀ। ਫਿਲਮੀ ਦੁਨੀਆ ਦਾ ਮਤਲਬ ਕਿ ਸੁਲਤਾਨ ਹੀ ਬਣਨ ਦਾ ਸੀ? ਨਹੀਂ ਨਹੀਂ ਸਰ, ਕੋਈ ਵੀ ਛੋਟਾ ਮੋਟਾ ਰੋਲ ਕਰਨ ਬਈ ਸ਼ੌਕ ਹੈ ਇਸ ਫੀਲਡ 'ਚ ਜਾਣ ਦਾ, ਤਾਂ ਬੜਾ ਇਹਨਾਂ ਫੀਲਡ 'ਤੇ ਜਾਣ ਵਾਸਤੇ ਬੜਾ ਪਾਪੜ ਵੇਲੇ ਨੇ ਸਰ ਜੀ, ਪੈਸੇ ਖਰਚ ਕੀਤਾ ਹੈ ਸਰ ਜੀ, ਅੰਬਾਂ ਦੀਆਂ ਪੇਟੀਆਂ ਭੇਜੀਆਂ ਨੇ, ਲਾਹੌਰ ਤੱਕ ਰੁਲੇ ਹੈ ਸਰ ਜੀ, ਲਾਹੌਰ ਤੱਕ ਫੁੱਟ ਪਾਸਣ ਦਾ ਸੁੱਤੇ ਹੈ ਸਰ ਜੀ, ਕੋਈ ਫਾਇਦਾ ਨਹੀਂ ਹੋਇਆ ਸਰ ਜੀ। ਕਦੋਂ ਕਦਾ ਤੁਹਾਨੂੰ ਇਹ ਸ਼ੌਕ ਸੀ? ਇਹ ਸਰ 2005 ਤੋਂ ਜੀ। 2005 ਤੋਂ ਮਤਲਬ ਕਿ 5 ਅਤੇ 3 10 5 ਅਤੇ 5 10 ਯਾਨੀ 15 ਸਾਲ 15 ਸਾਲ ਹੋ ਗਏ ਨੇ ਸਰ। 15 ਸਾਲ ਤੁਸੀਂ ਇਹ ਰੁਲੇ ਹੀ ਹੋ ਜੀ? 15 ਸਾਲਾਂ ਦੇ ਧੱਕੇ ਕਰ ਦਿੰਦੇ। ਕੋਈ ਫਿਲਮ, ਕੋਈ ਡਰਾਮਾ, ਕਿਸੇ ਫਿਲਮ ਦਾ ਸੀਨ ਕੀਤਾ ਹੋਵੇ? 2-3 ਫਿਲਮਾਂ ਦਾ ਕੰਮ ਕੀਤਾ ਸਰ ਜੀ, ਅਤੇ ਉਹਦੇ 'ਚ ਕੋਈ ਖਾਸ ਮਜ਼ਾ ਨਹੀਂ ਆਇਆ ਸਰ। ਲਾਹੌਰ ਕੀਤਾ ਜਾਂ ਮੁਲਤਾਨ? ਮੁਲਤਾਨ ਵੀ ਕੀਤਾ ਸਰ ਜੀ। ਮੁਲਤਾਨ ਨਾਜ਼ਰੀਨ ਐਡੀ ਜ਼ਰਖੇਜ਼ ਕਿਸਮ ਦੀ ਮਿੱਟੀ ਹੈ, ਇਸ ਮਿੱਟੀ ਨੇ ਵੀ ਬੜੇ ਬੜੇ ਅੱਛੇ ਫਨਕਾਰ ਦਿੱਤੇ ਨੇ ਵੱਡੀ ਇੰਡਸਟਰੀ ਨੂੰ। ਅਤੇ ਮੋਹਸਿਨ ਗਿਲਾਨੀ ਸਾਹਿਬ ਮਾਸ਼ਾਅੱਲਾ, ਨੰਗੇ ਪਾਓ ਉਹਨਾਂ ਦੀ ਬਹੁਤ ਅੱਛੀ ਫਿਲਮ ਸੀ, ਫਿਰ ਉਸ ਤੋਂ ਬਾਅਦ ਮੈਡਮ ਨਹੀਦ ਅਖਤਰ, ਸਰਈਆ ਮੁਲਤਾਨੀਗਰ, ਬੜੇ ਬੜੇ ਅੱਛੇ ਫਨਕਾਰ ਦਿੱਤੇ ਨੇ ਇਸ ਮੁਲਤਾਨ ਨੇ, ਅਤੇ ਇਸ ਮੁਲਤਾਨ ਨੇ ਫਨਕਾਰ ਰੋਲੇ ਵੀ ਬੜੇ ਨੇ। ਹਾਂਜੀ, ਅਤੇ ਫਿਰ ਤੁਸੀਂ ਆਗਾਜ਼ ਕੀਤਾ ਕਿਸ ਤਰ੍ਹਾਂ? ਫਿਰ ਪਹਿਲਾਂ ਸਰ ਜੀ ਮੈਂ ਫਿਲਮ ਬਣਾਈ, ਉਹਨਾਂ ਫਿਲਮ ਵਿੱਚ ਪੈਸੇ ਵੀ ਖਰਚ ਕੀਤਾ, ਅੰਬਾਂ ਦੀਆਂ ਪੇਟੀਆਂ ਵੀ ਦਿੱਤੀਆਂ, ਉਹਨਾਂ ਕੋਲੋਂ ਗਿਆ ਵੀ ਸਹੀ, ਟਾਈਮ ਵੀ ਦਿਨ ਰਾਤ ਇੱਕ ਕੀਤਾ, ਉਹਨਾਂ ਨਾਲ ਵੀ ਫਿਰਦਾ ਰਿਹਾ। ਪਹਿਲੀ ਫਿਲਮ ਬਣਾਈ ਸਰ ਜੀ ਗੁੱਡੀ, ਉਹ ਜਿਹੜੀ ਤਲਾਵਾਂ ਪਾ ਕੇ ਉਡਾਈ ਦੀ ਹੈ ਜੀ।
ਪਿਆਰ ਨਾਲ ਸਰੈਕੀਆਂ ਦੇ ਵਿੱਚ ਗੁੱਡੀ ਧੀ ਨੂੰ ਵੀ ਕਹਿੰਦੇ ਨੇ ਫਿਲਮ ਸਰੈਕੀ ਬਣਾਈ ਸਾਜੇ ਉਹਦੇ ਵਿੱਚ ਇਹਨਾਂ ਨੇ ਰੋਲ ਜਿਹੜਾ ਦੇਵਣਾ ਆਏ ਸਾਜੇ ਉਹਨਾਂ ਦਿੱਤਾ ਉਹਨਾਂ ਨੇ ਉਹਦੇ ਇਲਾਵਾ ਯਾਨੀ ਕਿ ਜਿਹੜਾ ਤੁਹਾਨੂੰ ਉਹਨਾਂ ਨੇ ਕਿਹਾ ਕਿ ਤੁਹਾਨੂੰ ਅਸੀਂ ਰੋਲ ਉਹਦੇ ਇਲਾਵਾ ਸਾਜੇ ਫੰਨੇ ਖਾਨ ਬਣਾਏ ਫੰਨੇ ਖਾਨ ਦੇ ਵਿੱਚ ਇਹਨਾਂ ਨੇ ਯਾਨੀ ਕਿ ਜਿਹੜਾ ਬਾਬਰ ਅਲੀ ਦੇ ਨਾਲ ਕੰਮ ਦੇਵਣਾ ਆਏ ਸਾਜੇ ਉਹਨਾਂ ਦਿੱਤਾ ਫੰਨੇ ਖਾਨ ਵੱਡੀ ਫਿਲਮ ਸੀ ਕੋਈ ਜੀ ਬਾਬਰ ਅਲੀ ਇਸਖਾਰ ਠਾਕਰ ਨਿਵਾਰਨਜਮ ਉਹ ਕਾਫੀ ਬਕਾਏ ਹਾਂਜੀ ਤੁਸੀਂ ਨਾਜ਼ਰੀਨ ਨੂੰ ਉਹਨਾਂ ਦੇ ਉਹਦੇ ਸਿੱਧੇ ਪੰਨ ਤੋਂ ਇਹ ਹਿਸਾਬ ਲਾਓ ਕਿ ਉਹਨਾਂ ਨੂੰ ਇਫਤਖਾਰ ਠਾਕਰ ਨਹੀਂ ਕਹਿਣਾ ਆਇਆ ਉਹਨਾਂ ਨੇ ਇਸਤਖਾਰ ਹੀ ਕਹਿਤਾ ਬੰਦਾ ਕਹਿੰਦਾ ਨਾ ਯਾਰ ਫਲਾਣੇ ਬਾਬੇ ਕੋ ਪੀਰ ਕੋ ਇਸਤਖਾਰਾ ਕਰਾ ਲਿਆਓ ਇਹ ਉਹ ਸਿਸਟਮ ਹੈ ਅੱਛਾ ਇਫਤਖਾਰ ਠਾਕਰ ਸਾਹਿਬ ਦੇ ਨਾਲ ਬਾਬਰ ਅਲੀ ਸਾਹਿਬ ਮਾਸ਼ਾਅੱਲਾ ਵੱਡੇ ਜੀ ਅਤੇ ਉੱਥੇ ਵੀ ਯਾਨੀ ਕਿ ਉਹਨਾਂ ਨੇ ਗੇਟ 'ਤੇ ਖੜਾ ਕਰ ਦਿੱਤਾ ਨਜ਼ਦੀਕ ਕੈਮਰੇ ਦੇ ਅੱਗੇ ਨਾ ਆਣ ਦਿੱਤਾ ਇਹਨਾਂ ਨੇ ਜੀ ਕੈਮਰੇ ਦੇ ਪਿੱਛੇ ਰੱਖਿਆ ਜੀ ਉਹਦੇ ਖਰਚਾ ਵੇਖ ਲਵਾਂ ਸਰ ਜੀ ਖਰਚਾ ਇਤਨਾ ਹੋ ਗਿਆ ਮੇਰਾ ਖਰਚਾ ਅਗਰ ਮੈਂ ਉਹ ਨਾ ਹੋਊ ਤਾਂ ਕਿਹਾ ਤਿੰਨ ਚਾਰ ਮਹੀਨੇ ਦਾ ਮੇਰੇ ਘਰ ਦਾ ਸਿਸਟਮ ਚੱਲਦਾ ਹੈ ਜੀ ਅਤੇ ਉਹ ਯਾਨੀ ਕਿ ਖਾਤਾ ਨਾ ਬਣਿਆ ਜੀ ਉਸ ਤੋਂ ਬਾਅਦ ਦੋ ਤਰੇ ਫਿਲਮਾਂ ਪਈਆਂ ਜੀ ਕੰਮ ਕੀਤਾ ਸਰੈਕੇ 'ਚ ਉਹਦੇ ਵਿੱਚ ਹੀ ਯਾਨੀ ਕਿ ਚੱਸ ਦਾ ਯਾਨੀ ਕਿ ਕੰਮ ਹੁੰਦਾ ਨਾ ਉਹ ਕਹਿਣਾ ਦਿੱਤਾ ਇਹਨਾਂ ਨੇ ਪਰ ਥੱਕ ਹਾਰ ਤਾਂ ਬਹਿ ਗਏ ਜੀ ਹੁਣ ਤਾਂ ਬਸ ਤੁਹਾਡੀ ਮਿਹਰਬਾਨੀ ਤੁਸੀਂ ਸਾਡੇ ਕੋਲ ਆਇਓ ਇੰਟਰਵਿਊ ਲੈਣ ਵਾਸਤੇ ਜੀ ਦੇਖੋ ਜੀ ਮੇਰਾ ਅਤੇ ਮੇਰੇ ਚੈਨਲ ਦਾ ਫਰਜ਼ ਹੈਗਾ ਕਿ ਅਸੀਂ ਉਹ ਬੰਦੇ ਲੱਭਣੇ ਨੇ ਜਿਹੜੇ ਅੱਗੇ ਜਾ ਨਹੀਂ ਸਕੇ ਅਤੇ ਹੋ ਸਕਦਾ ਕਿਉਂਕਿ ਐਸਾ ਦਾਣਾ ਮੇਰੇ ਚੈਨਲ ਤੋਂ ਅੱਗੇ ਨਿਕਲ ਜਾਵੇ ਅਤੇ ਇਹ ਮੇਰੇ ਵਾਸਤੇ ਬੜੀ ਇੱਜ਼ਤ ਵਾਲੀ ਗੱਲ ਹੈ ਅਤੇ ਤੁਸੀਂ ਹੁਣ ਕੀ ਕਰ ਰਹੇ ਹੋ ਹੁਣ ਸਰ ਜੀ ਹੋਟਲ ਦਾ ਛੋਟਾ ਜਿਹਾ ਹੋਟਲ ਬਣਾਇਆ ਹੋਇਆ ਦਿਹਾਤ ਦੇ ਵਿੱਚ ਬਸ ਇਹ ਬੱਚਿਆਂ ਦੇ ਪੇਟ ਪਲੈਂਦੇ ਪਏ ਜੀ ਬੱਚਿਆਂ ਦਾ ਸਿਸਟਮ ਹੈ ਘਰ ਦਾ ਚੱਲਦਾ ਵੀ ਹੈ ਪਰ ਪੈਸਾ ਜਿੱਦਾਂ ਆਈ 7-8 ਲੱਖ ਰੁਪਇਆ ਮੇਰੀ ਜ਼ਿੰਦਗੀ ਦਾ ਯਾਨੀ ਕਿ ਬਹੁਤ ਵੱਡੀ ਰਕਮ ਆਈ ਉਹ ਜਾ ਖਤਮ ਕਰ ਗਿਆ ਮੈਂ ਤੁਸੀਂ ਜੋ 7-8 ਲੱਖ ਲੋਕਾਂ ਨੂੰ ਖਵਾ ਛੱਡਿਆ ਅਤੇ ਉਹਦੇ 'ਚ ਤੁਸੀਂ ਮੈਨੂੰ ਤਾਂ ਪਤਾ ਲੱਗਿਆ ਕਿ 7-8 ਲੱਖ 'ਚ ਮੁਲਤਾਨ ਦੀ ਫਿਲਮ ਸਰਾਇਕੀ ਟੈਲੀ ਬਣ ਜਾਂਦੀ ਹੈ ਅਤੇ ਤੁਸੀਂ ਆਪ ਹੀ ਹੀਰੋ ਆ ਜਾਂਦੇ ਤੁਹਾਨੂੰ ਹੀਰੋ ਬਣਨ ਦਾ ਸ਼ੌਕ ਸੀ ਜਾਂ ਵਿਲਨ ਬਣਨ ਦਾ ਸ਼ੌਕ ਸੀ ਜਾਂ ਕਿਸੇ ਦੇ ਨਾਲ ਐਕਸਟਰਾ ਪਿੱਛੇ ਖਲਾਉਣ ਦਾ ਸ਼ੌਕ ਸੀ ਨਹੀਂ ਸਰ ਮੈਨੂੰ ਵਿਲਨ ਬਣਨ ਦਾ ਸ਼ੌਕ ਹੈ ਜੀ ਵਿਲਨ ਅੱਛਾ ਕੋਈ ਆਪਣਾ ਡਾਇਲੋਗ ਵਿਲਨ ਦੇ ਵਿੱਚ ਕੋਈ ਐਕਸਪ੍ਰੈਸ਼ਨ ਦੇ ਨਾਲ ਐ ਜ਼ਰਾ ਜੀ ਜ਼ਰਾ ਨਾਜ਼ਰੀਨ ਨੂੰ ਪਤਾ ਲੱਗੇ ਨਾ ਵੀ ਮੁਲਤਾਨ ਦੇ ਵਿੱਚ ਵੀ ਟੈਲੈਂਟ ਲੁਕਿਆ ਫਿਰਦਾ ਹਾਂਜੀ ਜ਼ਰਾ ਵਿਲਨ ਵਾਲਾ ਜ਼ਰਾ ਸਟਾਈਲ ਇੱਧਰ ਨੂੰ ਕਰਕੇ ਨਾ ਉਹ ਸਾਰੇ ਵੇਖਣ ਇਮਾਮ ਮੇਰੇ ਸਾਹਮਣੇ ਨਾ ਮੈਨੂੰ ਤੂੰ ਜਾਣਦਾ ਨਹੀਂ ਮੈਂ ਕਿਤਨਾ ਖਤਰਨਾਕ ਬੰਦਾ ਹਾਂ ਓਕੇ ਸਰ ਹੋਰ ਕੋਈ ਇਹ ਤੋਂ ਜ਼ਿਆਦਾ ਜ਼ਰੂਰੀ ਹੈ ਵੀ ਇੱਕ ਦਾ ਕੋ ਦੋ ਤਿੰਨ ਉਹਨਾਂ ਨੂੰ ਸੁਣਾਓ ਸ਼ਾਇਦ ਇੱਥੋਂ ਹੀ ਤੈਨੂੰ ਕਲਿੱਕ ਕਰਕੇ ਅਗਲੇ ਅੱਗੇ ਲਾ ਜਾਣ ਅੱਛਾ ਨਾਜ਼ਰੀਨ ਉਹ ਆਪਣੇ ਜਜ਼ਬਾਤ ਨੂੰ ਵੀ ਲੈ ਕੇ ਰਿਹਾ ਤਾਂ ਮਤਲਬ ਹੈ ਕਿ ਨੈਚੁਰਲ ਫਨਕਾਰ ਇਹਦੇ ਅੰਦਰ ਹੈ ਸਾਰਾ ਕੁਛ ਬਸ ਸਰ ਕਰਨ ਦਾ ਦਿਲ ਤਾਂ ਬੜਾ ਕਰਿੰਦਾ ਹੈ ਅਤੇ ਬਸ ਸਰ ਇਸ ਦੁਨੀਆ 'ਚ ਵਫਾ ਕਹਿ ਨਹੀਂ ਫਿਲਮੀ ਲੋਕ ਜਿੰਨੇ ਵੀ ਇਹਨਾਂ ਸਿਰਫ ਖਾਵਣ ਦੇ ਲੱਗੇ ਹੋਏ ਨੇ ਪਿੱਛੇ ਉਹਦੇ ਦੇਖੋ ਜੀ ਇਨਸਾਨ ਨੂੰ ਅੱਲਾਹ ਤਾਲਾ ਨੇ ਜ਼ੇਹਨ ਵੀ ਦਿੱਤਾ ਹੈ ਤੁਸੀਂ ਆਪ ਨਹੀਂ ਸਿਲੈਕਸ਼ਨ ਕਰ ਸਕੇ ਕਿ ਯਾਰ ਅਗਰ ਮੈਂ ਇਸ ਬੰਦੇ ਨਾਲ ਟੋਰਾਂਗਾ ਤਾਂ ਯਾਰ ਮੈਨੂੰ ਅੱਗੇ ਟੋਰ ਲਵੇਗਾ ਸਰ ਇੱਕ ਬੰਦਾ ਮਿਲਿਆ ਜੀ ਰਮਜ਼ਾਨ ਅੰਸਾਰੀ ਮੇਰਾ ਨਾਂ ਰਮਜ਼ਾਨ ਅੰਸਾਰੀ ਹੈ ਜੀ ਉਹਨੇ ਅੱਲਾਹ ਤਾਲਾ ਦਾ ਸ਼ੁਕਰ ਹੈ ਬੇ ਇੱਕ ਫਿਲਮ ਮੈਨੂੰ ਕੰਮ ਦਿੱਤਾ ਮਾਸ਼ਾਅੱਲਾ ਬਹੁਤ ਅੱਛਾ ਕੰਮ ਦਿੱਤਾ ਹੈ ਉਹ ਕੰਮ ਮੇਰਾ ਜ਼ਿੰਦਗੀ ਦਾ ਰਿਕਾਰਡ ਹੈ ਜਿੰਨਾ ਕੰਮ ਮੈਂ ਕਰ ਚੁੱਕਾ ਉਸ ਤੋਂ ਉਹਦਾ ਰਿਕਾਰਡ ਹੀ ਹੈ ਜੀ ਤੁਸੀਂ ਰਮਜ਼ਾਨ ਅੰਸਾਰੀ ਦਾ ਇਸ ਤੋਂ ਨਾਂ ਲੈ ਰਹੇ ਹੋ ਤੁਹਾਡੀ ਵੀਡੀਓ ਬਣਾ ਰਿਹਾ ਪਿੱਛੇ ਲੋਕ ਨਹੀਂ ਸਰ ਨਹੀਂ ਉਹ ਰਿਕਾਰਡ ਹੈ ਮੈਂ ਕੋਈ ਮੌਜੂਦ ਹੈ ਰਿਕਾਰਡ ਤੋਂ ਚੈੱਕ ਕਰ ਸਕਦੇ ਹੋ ਸਰ ਜੀ ਉਹ ਬਈ ਰਮਜ਼ਾਨ ਅੰਸਾਰੀ ਸਾਹਿਬ ਨੇ ਜਿਹੜਾ ਕੰਮ ਕੀਤਾ ਹੈ ਮੇਰਾ ਉਹਦੇ ਇਲਾਵਾ ਬਸ ਹੈ ਅਗਰ ਹੁਣ ਵੀ ਤੁਹਾਨੂੰ ਅਗਰ ਚਾਂਸ ਮਿਲੇ ਫਿਲਮ ਦੇ ਵਿੱਚ ਤਾਂ ਤੁਸੀਂ ਫਿਰ ਅੰਬਾਂ ਦੀਆਂ ਪੇਟੀਆਂ ਖਵਾਓਗੇ ਨਹੀਂ ਸਰ ਅੰਬਾਂ ਦੀਆਂ ਪੇਟੀਆਂ ਤਾਂ ਨਹੀਂ ਮਿਠਾਈ ਤਾਂ ਜ਼ਰੂਰੀ ਹੈ ਸਰ ਦੇਖੋ ਜੀ ਮੈਂ ਐਡੀ ਦੂਰੋਂ ਤੁਹਾਡਾ ਇੰਟਰਵਿਊ ਕਰਨ ਆਇਆ ਤਾਂ ਮਤਲਬ ਆ ਕਿ ਅੰਬਾਂ ਦੀਆਂ 2-3 ਪੇਟੀਆਂ ਮੇਰੇ ਵੀ ਸੇ ਆਉਂਦੀਆਂ ਨੇ ਬਸ ਅਜੇ ਲਾਹੌਰ ਤੱਕ ਪੇਟੀਆਂ ਭੇਜੀਆਂ ਨੇ ਬਸ ਸਮਝ ਨਹੀਂ ਆਈ ਬਈ ਸਾਨੂੰ ਕਿਸ ਚੀਜ਼ ਦਾ ਯਾਨੀ ਕਿ ਕੋਈ ਜ਼ਿੰਦਗੀ ਦੇ ਵਿੱਚ ਐਸੀ ਰੁਕਾਵਟ ਜਿਹਦੇ ਤੋਂ ਤੁਹਾਡਾ ਬੜਾ ਦਿਲ ਦੁਖਾ ਕਿ ਤੁਸੀਂ ਮਾਯੂਸ ਹੋ ਕੇ ਫਿਰ ਘਰ ਵਾਪਸ ਆ ਗਏ ਸਰ ਇਸ ਫੀਲਡ ਦੁਖਾ ਜਿਹੜਾ ਕੰਮ ਆਦਿਆਂ ਨੂੰ ਮਿਲਦਾ ਨਹੀਂ ਆਈ ਕੰਮ ਸਰ ਜੀ ਅੱਛਾ ਇੱਕ ਗੱਲ ਦੀ ਮੈਨੂੰ ਨਾ ਸਮਝ ਨਹੀਂ ਆਈ ਕਿ ਹਰ ਬੰਦਾ ਕਹਿੰਦਾ ਇਸ ਫੀਲਡ 'ਚ ਧੋਖਾ ਹੈ ਜਿਸ ਫੀਲਡ 'ਚ ਫਰੇਬ ਹੈ ਫਿਰ ਵੀ ਇਸ ਫੀਲਡ 'ਚ ਕਿਉਂ ਆਉਂਦੇ ਨੇ ਇਹ ਕੀ ਮਜ਼ਾ ਸ਼ੌਂਕ ਸਰ ਸ਼ੌਂਕ ਹੁਣ ਇਹ ਵੀ ਤਾਂ ਨਹੀਂ ਨਾ ਕਹਿੰਦਾ ਕਿ ਬਾਲ ਬੱਚੇ ਭੁੱਖੇ ਰਹਿ ਜਾਂਦੇ ਮਾਸ਼ਾਅੱਲਾ ਸ਼ਾਦੀ ਹੋਈ ਜੀ ਸ਼ਾਦੀ ਹੋਈ ਹੈ ਜੀ ਕਿੰਨੇ ਬੱਚੇ ਬੱਚੇ 5 ਨੇ ਸਰ ਜੀ ਉਹਨਾਂ 'ਚੋਂ ਕਿਸੇ ਨੂੰ ਸ਼ੌਂਕ ਤਾਂ ਨਹੀਂ ਨਹੀਂ ਸਰ ਜੀ ਹੁਣ ਆਪਣਾ ਇਹਨੇ ਸ਼ੌਂਕ ਪੂਰਾ ਕਰ ਲਿਆ ਅਤੇ ਬੱਚਿਆਂ ਵਾਰੀ ਇਹਨੇ ਜੁੱਤੀਆਂ ਕੱਢ ਲੈਣੀਆਂ ਪੁਰਾਣਾ ਹੈ ਸਰ ਜੀ ਅੱਲਾਹ ਦਾ ਸ਼ੁਕਰ ਹੈ ਤਾਲੀਮ ਬੜੀ ਜ਼ਰੂਰੀ ਹੈ ਸਾਡੇ ਮੁਲਕ ਦੇ ਵਿੱਚ ਕਿਉਂਕਿ ਸਾਡਾ ਮੁਲਕ ਮਾਸ਼ਾਅੱਲਾ ਤਰੱਕੀ ਯਾਫਤਾ ਮੁਲਕ ਹੈ ਸਾਡਾ ਪਿਆਰਾ ਸੋਹਣਾ ਪਾਕਿਸਤਾਨ ਅਗਰ ਇਹ ਨਾ ਹੋਵੇ ਤਾਂ ਫਿਰ ਅਸੀਂ ਕੁਛ ਵੀ ਨਹੀਂ ਹੈ ਸਾਡੀ ਪਹਿਚਾਨ ਹੀ ਇਹ ਕੋਈ ਮੈਸੇਜ ਆਪਣਾ ਕੋਈ ਦੇਣਾ ਚਾਹੋ ਤੁਸੀਂ ਆਵਾਮ ਨੂੰ ਸਰ ਮੈਸੇਜ ਤਾਂ ਕੀ ਦੇਈਏ ਸਰ ਜੀ ਮੈਸੇਜ ਵਾਸਤੇ ਤਾਂ ਕੁਛ ਛੋੜਿਆ ਨਹੀਂ ਮੈਸੇਜ ਦਾ ਮਤਲਬ
मतलब होंगे कि किसी नसीहत देनी कि यार अज तो बाद काम ना करो, बड़ा काम है जी फलाना जी। सर फिल्मी दुनिया तो माशाला कुट कुट तो मुनाफकत भरी हुई है सर। वो तो चलो गल हो गई है, मैं तो तुम्हें अगर मुनाफक से फिर उस पास शौक क्यों किया? बस सर जी एक दोस्त है मेरा उस्ताद है जो फील्ड में लैके गया। उस्ताद जी नहीं ना ले लो को ना गंदा तो नहीं। देखो जी अपने उस्ताद का नाम लैन लगे शर्मा रहा बंदा, शर्मीला उस्ताद लगता तू रखे कोई। देखो जी तो जिन्हों अपने उस्ताद ने वफा नहीं करनी आई तो वह अपने उस्ताद का नाँ नहीं लै रहा। देखो जी मेरी सुनो गल गल की कि तुम नहीं कुछ बन सके बिलफरस ताकि क्लीन शेप कराई हो तुम कैप शैप पाई पेंट शिल्ड पाई हो हॉलीवुड की फिल्म च काम मिल जाए फिर तुम की करोगे? करांगे सर जी। तो तुम इंग्लिश नहीं आनी फिर इंग्लिश कोई डायलॉग बोल के सुनाओ। यार तेन अगर हिंदी इंग्लिश फिल्म च काम मिलना तो अगर इंग्लिश तो बोलेगा ना वो की सोचेगा वो किस तरह बोलेगा? ठीक है। अच्छा कोई पसंदीदा फनकार साढ़े मुल्क का या किसी भी मुल्क का ला लो क्योंकि इंडस्ट्री जी है ना वो किसी की कहते होंगे सरहद की मुहताज नहीं होंगी। फनकार फनकार वो एक अपनी पहचान है वो चाहे किसी भी मुल्क का हो तुम बहुत अच्छा फनकार कि लगता? सऊद सर। सऊद जरा बॉडी बिल्डर ज नहीं सर फिल्म स्टार सऊद। आहो फिल्म स्टार सऊद उन्होंने मेरे हाल पहली फिल्म सी गुनाह गुनाह आई सी सीमी सियाल से कुकड़ी सी एनक ला के मैंने नाँ भुल गया लुबना का नाम से मेरे ख्याल अपना बहुत अच्छी फिल्म सी। जी जी सर वाली फिल्म नहीं वेखी बाकी फिल्म काफ़ी वेखी ने वो जो जो उन्हें स्टार लिया उदो नहीं वेख्या तुम्हें पता उदो ना उदो शहर यार ना सऊद का फिर बाद सऊद के ना तो फिर इंडस्ट्री वो फिल्म नहीं वेखी सर जी। कितना पसंद कहना पर मैं ख्वाहिश है मैं किसी फिल्म मैं कम मिल बने तो मैं जरूर काम करे सरकार किसी फिल्म हीरो लिया जाए ते तुसी हीरवन केड़ी पसंद करोगे कि यार है हीरवन मेरे ना होनी चाहिए? ओ सर नहीं चाहिए। नहीं नहीं भी हीरवन का भी तो ना यार मेरे नाल क्योंकि उस दौर चंजमन आसिया मैडम अल्लाह ताला उन जिंदा च कर करे उस नवें दे रीमा भी है अगो नवी नवी कुड़ियां माशाल्लाह आ रही ने कोई ऐसी होंगे ना कि यार मैं रीमा ना मीरा दे नाल या कोई भी ऐसी कुड़ी तो बगैर काम करना सर। नाजरी ने मैं उन्होंने की कहवा दसो कि कुड़ी तो बगैर भला काम होता जो कुड़ी नहीं होगी तो शफकत चीमा चौक के किनू खड़ेगा? सही सर। यानी कि कुड़ी चौक के लाए तू कहना यार मैं पता नहीं चीमा केड़ी कुड़ी ला गया बहरल मैं उन्होंने बचाने जा रहा है। नहीं सर नूर अदाकारा नूर नूर माशाल्लाह नूर ने कौन जी फिल्म बनाई जी आग दरिया अच्छी फिल्म बनाई है उन्होंने बड़ी पसंद आई है बाबर अली दे भी माशाल्लाह अच्छा काम है ते बस अच्छी फिल्म है नूर अगर लो जी नूर हीरवन हो शेखुपुरिया जो हरम नार उ गाना हो ठंडा पानी है तो तू कि मजा लै रहा नहीं सर। देखिए जी मैडम नूर तुम पता नहीं कितने हो इस टाइम कराची हो या लाहौर हो लेकिन तेजे फैन कितने कितने बैठे ने सऊ साहब अगर तुम इस चैनल के उत्ते साडा प्रोग्राम वेखो कभी इतफाक ना जे तो इस बंदे वास्ते दुआ जरूर करना क्योंकि ताडा एहतराम ताडी इज्जत ताडे वास्ते जो कुछ वो अपने इस जगह पर ले फिर रहा ये वास्ते दुआ जरूर करना। ते होर कोई अपना को पसंदीदा इस अलावा कुछ नहीं? नहीं सर क्रिकेट खेडन दा या गुल्ली डंडे दा होर कोई नहीं सर फिल्मी। अच्छा चलो कोई पसंदीदा गाना पसंदीदा गाना जेड़ा तेनू बहुत सिंगर अच्छा लगे क्योंकि मेहंदी हसन माशाल्लाह महान जी जी क्या बात है वो बड़े गुलाम अली गुलाम अब्बास साहब अखलाक अहमद आजकल अनवर रफी साहब कोई ऐसा सिंगर जेड़ा बहुत अच्छा लग रहा है? बस जी पुराने तो पुराने हैं ना कोई गाना सुनाओ अपने पसंद का जेड़ा बहुत सुनदा वे जाय लगा होना चाहिए दिमाग नहीं काम कर रहा जी इन्हू जी स्क्रिप्ट दे दे याद नहीं कर सकेगा। ठीक है जी ना तुहाडा फिर एक बार भुल गया दसना क्योंकि लम्मा ही बड़ा सी दस्यो मुहम्मद अकरम खलवार। हाँ जी मुहम्मद अकरम साहब बड़ी खुशी हुई तुहाडे नाल मिलके और मैं नाजरीन नू भी कहूँगा कि ये मुहम्मद अकरम वास्ते दुआ करन कि अल्लाह ताला इन्हां नू एक बार चांस दे दे क्योंकि अगर अल्लाह ताला ने वो मिट्टी इनू फनकारा ना लाई है ना तो वो इनू मौका भी जरूर देगा कि इंसान लैंड च लगा रहे तो लंगर मिल ही जाता है तो अल्लाह ताला करे तो तुहानू जी तुहाडे पसंदीदा रोल मिल जाए
ਤੇ ਆਪਣਾ ਸੌ ਸਾਹਿਬ ਵੀ ਤੁਹਾਨੂੰ ਮਿਲਣ, ਮੈਡਮ ਨੂਰ ਵੀ ਤੁਹਾਨੂੰ ਮਿਲਣ, ਸਾਡੀ ਇਹ ਦੁਆ ਹੈ ਤੇ ਸਾਡੇ ਚੈਨਲ ਵਾਸਤੇ ਤੁਸੀਂ ਦੁਆ ਕਰਨਾ ਕਿ ਅਸੀਂ ਤੁਹਾਡੇ ਕੋਲ ਚੱਲ ਕੇ ਆਏ ਹਾਂ। ਬੜੀ ਮਿਹਰਬਾਨੀ ਜਨਾਬ ਅਕਰਮ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਔਰ ਕੋਈ ਸਾਡੇ ਚੈਨਲ ਵਾਸਤੇ ਕੁਝ ਕਹਿਣਾ ਚਾਹੋਗੇ? ਸਰ ਤੁਹਾਨੂੰ ਬੜਾ ਤੁਹਾਡੀ ਮਿਹਰਬਾਨੀ ਹੈ, ਤੁਸੀਂ ਸਾਡੇ ਕੋਲ ਆਏ ਹੋਏ, ਬਸ ਤੁਹਾਡਾ ਅਹਿਸਾਨ ਕਿਆ ਹੋ ਸਕਦਾ ਸਰ ਜੀ। ਤੁਹਾਨੂੰ ਸਾਡੇ ਗਰੀਬਾਂ ਦੇ ਇਸੇ ਬਈ ਟੁੱਟੇ ਹੋਏ ਲੋਕਾਂ ਦੀ ਤੁਹਾਨੂੰ ਆਵਾਜ਼ ਪਹੁੰਚਾਉਣਾ ਚਾਹੁੰਦੇ ਹੋ ਸਰ ਜੀ, ਇਹ ਤਾਂ ਅੱਛੀ ਗੱਲ ਹੈ ਸਰ ਜੀ। ਇਸ ਤੋਂ ਵੀ ਅੱਛਾ ਕਿਆ ਹੋ ਸਕਦਾ ਸਰ ਜੀ? ਜੀ ਮੇਰਾ ਸੋਹਣਾ ਰੱਬ ਕਰੇਗਾ। ਤੇ ਨਾਜ਼ਰੀਨ, ਅੱਜ ਅਸੀਂ ਅਕਰਮ ਸਾਹਿਬ ਕੋਲ ਆਏ ਸੀ, ਇਹ ਸਾਡਾ ਫਸਟ ਪ੍ਰੋਗਰਾਮ ਸੀ ਜਿਹਦਾ ਨਾਂ ਸੀ ਛੁਪੇ ਰੁਸਤਮ। ਅਤੇ ਮੇਰੀ ਰਿਕੁਐਸਟ, ਇਲਤਜਾ, ਮਿੰਨਤ ਸਮਾਜ ਇਹ ਹੈਗੀ ਕਿ ਸਾਡੇ ਇਸ ਪ੍ਰੋਗਰਾਮ ਨੂੰ ਸਬਸਕ੍ਰਾਈਬ ਵੀ ਕਰਨਾ, ਔਰ ਉਹ ਜਿਹੜੀ ਉੱਤੇ ਘੰਟੀ ਲੱਗੀ ਹੁੰਦੀ ਉਹਨੂੰ ਲਾਜ਼ਮੀ ਤੁਸੀਂ ਕਰ ਦੇਣਾ, ਤਾਂ ਕਿ ਸਾਡੀ ਵੀਡੀਓ ਤੁਹਾਨੂੰ ਬਹੁਤ ਜਲਦੀ ਡਾਇਰੈਕਟਲੀ ਪਹੁੰਚ ਜਾਇਆ ਕਰੇਗੀ। ਦੂਸਰੀ ਗੱਲ, ਇਸ ਪ੍ਰੋਗਰਾਮ ਬਣਾਉਣ ਦਾ ਮਕਸਦ, ਅਸੀਂ ਆਪਣਾ ਨੰਬਰ ਤੁਹਾਨੂੰ ਦਿਆਂਗੇ ਨਾਲ ਥੱਲੇ ਚੱਲ ਰਿਹਾ ਹੋਏਗਾ, ਮੇਰੇ ਇਸ ਮੁਲਤਾਨ ਦੇ ਵਿੱਚ ਜਿਹੜਾ ਜਿਹਦੇ ਨਾਲ ਮੈਨੂੰ ਬੜਾ ਪਿਆਰ ਹੈ, ਕਿਸੇ ਵੀ ਇਲਾਕੇ ਦੇ ਵਿੱਚ ਜਿੱਥੇ ਭਾਵੇਂ ਕੋਈ ਜਾ ਰਿਹਾ ਜਾਂ ਨਹੀਂ ਜਾ ਰਿਹਾ, ਮੇਰੀ ਅਤੇ ਮੇਰੀ ਟੀਮ ਉੱਥੇ ਜ਼ਰੂਰ ਪਹੁੰਚੇਗੀ। ਮੈਂ ਅਤੇ ਮੇਰੀ ਟੀਮ ਅਸੀਂ ਉੱਥੇ ਜ਼ਰੂਰ ਪਹੁੰਚਾਂਗੇ। ਚਾਹੇ ਕਿਸੇ ਵੀ ਸ਼ੋਬੇ ਦਾ ਉਹਨੂੰ ਸ਼ੌਕ ਹੋਵੇ, ਕੋਈ ਵੀ ਲਾ ਲਓ, ਸ਼ਾਇਰੀ, ਬਾਂਸਰੀ, ਤਪਲਾ, ਡਾਂਸ, ਕਿਸੇ ਵੀ ਹੋਵੇ, ਐਕਟਿੰਗ, ਠੀਕ ਹੈ ਜੀ, ਪਹਿਲਵਾਨੀ ਹੈ, ਕੁਛ ਵੀ ਹੋਵੇ, ਉਹ ਸਾਡੇ ਨਾਲ ਕਾਲ ਕਰੇ, ਅਸੀਂ ਉੱਥੇ ਜ਼ਰੂਰ ਜਾਵਾਂਗੇ। ਔਰ ਕੋਸ਼ਿਸ਼ ਕਰਾਂਗੇ ਕਿ ਉਹਦੀ ਆਵਾਜ਼ ਉਹਦੇ ਸ਼ੋਬੇ ਦੇ ਨਾਲ ਤੱਲਕ ਰੱਖਣ ਵਾਲੇ ਬੰਦਿਆਂ ਤੱਕ ਪਹੁੰਚ ਜਾਵੇ ਸਾਡੇ ਚੈਨਲ ਦੇ ਥਰੂ। ਅਤੇ ਤੁਸੀਂ ਸਾਡੇ ਨਾਲ ਤਾਵਨ ਕਰਨਾ, ਤੁਹਾਡਾ ਪ੍ਰੋਗਰਾਮ ਕੈਸਾ ਲੱਗਿਆ, ਤੁਹਾਨੂੰ ਅੱਛਾ ਲੱਗਿਆ, ਅਕਰਮ ਵਾਸਤੇ ਦੁਆ ਵੀ ਕਰਨਾ ਕਿ ਅੱਲਾਹ ਤਾਲਾ ਨੂੰ ਇੱਕ ਵਾਰੀ ਚਾਂਸ ਦੇ ਦੇ ਅਤੇ ਇਹ ਬੰਦਾ ਅੱਗੇ ਨਿਕਲ ਹੀ ਜਾਵੇ, ਕਿਉਂਕਿ ਹੋ ਸਕਦਾ ਹੈ ਕਿ ਇਹ ਇੱਥੋਂ ਦਾ ਨਿਕਲਿਆ ਹੋਇਆ, ਸਾਡੇ ਮੁਲਕ ਦਾ ਸਰਮਾਇਆ ਹੈ ਫਨਕਾਰ, ਇਹ ਅੱਗੇ ਨਿਕਲੇਗਾ ਤਾਂ ਸਾਡੇ ਮੁਲਕ ਦਾ ਨਾਂ ਰੋਸ਼ਨ ਹੋਏਗਾ। ਅਤੇ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਿਆ, ਅੱਛਾ ਲੱਗਿਆ, ਕਮੈਂਟਸ ਜ਼ਰੂਰ ਦੇਣਾ, ਮੈਂ ਤੁਹਾਡੇ ਕਮੈਂਟਸ ਦਾ ਵੀ ਇੰਤਜ਼ਾਰ ਕਰਾਂਗਾ, ਤੁਹਾਡੇ ਫੋਨ ਕਾਲ ਦਾ ਵੀ ਇੰਤਜ਼ਾਰ ਕਰਾਂਗਾ, ਅਤੇ ਮੇਰਾ ਪ੍ਰੋਗਰਾਮ ਦੇਖਣਾ ਜ਼ਰੂਰ, ਕਿਉਂਕਿ ਮੇਰਾ ਫਸਟ ਪ੍ਰੋਗਰਾਮ ਸੀ ਅੱਜ ਜਿਹੜਾ ਮੈਂ ਪਹਿਲੇ ਕਰ ਰਿਹਾ, ਨਾਮ ਛੁਪੇ ਰੁਸਤਮ, ਅਤੇ ਹੁਣ ਇਸ ਪਿਆਰੇ ਜੇ ਮਿਸਟਰ ਜੇਦੀ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।